ਰਾਣੇ ਹਾਂ ਬਾਈ ਹੁਣ ਕਿਵੇਂ ਰੋਕ ਲਈ ਗੱਡੀ ਇੱਥੇ? ਉਹ ਠੰਡ ਜੀ ਆ ਬਾਈ, ਪੈਗ ਲਾਉਣੇ ਆ। ਮਰਜ਼ੀ ਆ ਤੇਰੀ। ਕਿਹੜੀ ਪੀਏਗਾ? ਜਿਹੜੀ ਮਰਜ਼ੀ ਲਿਆ। ਉਹ ਤੂੰ ਬੈਠ ਇੱਥੇ, ਮੈਂ ਲਿਆਉਣਾ ਪੈ ਕੇ। ਠੀਕ ਆ। ਆ ਗਿਆ ਆ ਗਿਆ ਬਾਈ, ਦੋ ਮਿੰਟ ਬੈਠ ਬਸ ਗੱਡੀ 'ਚ। ਬਾਈ ਬੋਤਲ ਦੇ, ਅੰਗਰੇਜ਼ੀ ਦੇ ਦੇ, ਮਹਿੰਗੀ ਆ ਨਾ ਪੂਰੀ। ਕਿੰਨੇ ਪੈਸੇ ਆ? 240। ਲੈ ਬਾਈ, ਹੁਣ ਐ ਦੱਸ ਵੀ ਹਾਤੇ 'ਚ ਬੈਠਣਾ ਕਿ ਸਾਈਡ 'ਤੇ ਬੈਠਣਾ? ਹਾਤੇ 'ਚ ਤਾਂ ਰਹਿਣ ਦੇ ਰਾਣੇ, ਹਾਂ ਉੱਥੇ ਬੰਦੇ ਵਾਲੇ ਆ ਜਾਂਦੇ। ਅੱਛਾ, ਆਪਾਂ ਉਧਰ ਸਾਈਡ 'ਤੇ ਬਹਿ ਜਾਂਦੇ। ਚੱਲ ਆ ਜਾ, ਤੂੰ ਐਂ ਕਰ, ਹਾਂ ਪਾਣੀ ਪੂਣੀ ਨੂੰ ਤਾਂ ਕਿਹਾ ਬਾਈ। ਐਂ ਕਰੋ, ਗੱਡੀ ਕੋਲ ਨਾ ਦੋ ਗਲਾਸ ਤੇ ਇੱਕ ਪਾਣੀ ਦਾ ਜੱਗ ਭੇਜ। ਚੱਲ ਚੱਲੀਏ ਬਾਈ, ਪਾਣੀ ਮੈਂ ਕਿਹਾ ਆ। ਐਂ ਕਰ ਰਾਣੇ, ਹਾਂ ਬਾਈ ਗੱਡੀ ਅੱਗੇ ਕਰ। ਚੱਲ ਫਿਰ ਬਾਈ ਤੂੰ ਚੱਲ, ਮੈਂ ਗੱਡੀ ਲੈ ਕੇ ਆਉਂ। ਉਹ ਐਸੇ ਵੇਲੇ ਸ਼ਰਾਬੀ ਸ਼ਰੂਬੀ ਹੋਰ ਆ ਜਾਂਦੇ ਨਾ, ਠੀਕ ਹੈ ਨਾ? ਆਜ ਉੱਥੇ ਬਹਿੰਦੇ ਆਪਾਂ। ਬੇਟੇ ਆ ਲਓ ਪਾਣੀ ਅਤੇ ਆ ਲਓ ਦੋ ਗਲਾਸ। ਹਾਂ ਉਹ ਗੱਡੀ 'ਚ ਨਾ ਅੰਕਲ ਬੈਠੇ ਨੇ, ਕਿ ਉਹਨਾਂ ਨੂੰ ਦੇ ਕੇ ਆਉਣਾ ਚਾਹੀਦਾ। ਜਾਓ ਉਹ ਲਿਆ ਬਾਈ, ਬਣਾ ਕੇ ਨਾ ਛੇਤੀ ਛੇਤੀ ਪੈ ਗਿਆ। ਆਹ ਦੇਖ ਲਾ ਯਾਰ, ਪਾਣੀ ਨੂੰ ਕਿਸੇ ਨੂੰ ਕਿੰਨਾ ਟਾਈਮ ਹੋ ਗਿਆ ਬਾਈ, ਹਜੇ ਤੱਕ ਨਹੀਂ ਆਇਆ। ਉਹ ਫਿਰ ਤੂੰ ਕਹਿਣਾ ਬੋਲਦਾ ਗਾ, ਉਹ ਐਵੇਂ ਨਾ ਗੁੱਸੇ ਹੋਇਆ ਕਰ। ਤੂੰ ਲੈ ਆਓ ਆਉਂਦਾ। ਆ ਬਈ ਚੋਬਰਾ ਲਿਆ ਬਈ, ਲਿਆ ਬਈ, ਵੈਰੀ ਗੁੱਡ। ਉਹ ਗੱਲ ਸਾਨੂੰ ਪੁੱਤਰ ਆ, ਆਂਡਾ ਕਿੰਨੇ ਦਾ? ਇੱਕ ਇੱਕ ਅੰਕਲ ਜੀ 15 ਰੁਪਏ ਦਾ। ਉਹ 10 ਰੁਪਏ ਦਾ ਤਾਂ ਸਾਰੇ ਦੇਈ ਜਾਂਦੇ ਆ, ਐਵੇਂ ਤੁਸੀਂ ਲੁੱਟ ਮਚਾ ਰੱਖੀ ਹੈਗੀ। ਅੰਕਲ ਜੀ ਮਹਿੰਗਾਈ ਬਹੁਤ ਆ, ਸਾਨੂੰ ਕਾਂ ਦਾ ਵੀ ਕਿਰਾਇਆ ਦੇਣਾ ਪੈਂਦਾ। ਚਲ ਠੀਕ ਆ, ਦੋ ਆਂਡੇ ਲੈ ਕੇ ਆ ਛੇਤੀ ਛੇਤੀ ਆ ਜੀ। ਲੈ ਬਈ ਚੱਕ ਜੈ। ਉਹ ਲੈ ਆ ਗਏ ਬਈ ਆਂਡੇ। ਉਹ ਲਿਆ, ਉਹ ਕੱਲਾ ਲੂਣ ਜਿਹਾ ਪੁੱਕ ਲਿਆ, ਉਹ ਗੰਡੇ ਗੁੰਡੇ ਦਾ ਪਾ ਲਿਆਉਂਦਾ ਨਾ, ਪਾ ਲਿਆਉਣਾ ਨਾਲੇ ਹੋਰ। ਚੱਕ ਬਈ ਯਾਰ, ਇੱਕ ਤਾਂ ਟਾਈਮ ਬਾਹਲਾ ਪਹਿਲਾਂ ਹੀ ਬਾਹਲਾ ਲੇਟ ਕਰਤਾ। ਚੱਲ ਕੋਈ ਨੀ, ਉਰਿਆ ਪੁੱਤ। ਕੀ ਨਾਂ ਪੁੱਤ ਤੇਰਾ? ਅੰਕਲ ਜੀ ਹਿੰਮਤ ਸਿੰਘ। ਹਿੰਮਤ ਸਿੰਘ, ਅੱਛਾ ਸਕੂਲ ਨਹੀਂ ਜਾਂਦਾ ਪੁੱਤ ਤੂੰ? ਅੰਕਲ ਜੀ ਜਾਣਾ ਹੁੰਨਾ। ਅੱਛਾ, ਫਿਰ ਨਾਲੇ ਤੂੰ ਇੱਥੇ ਕੰਮ ਕਰੀ ਜਾਂਦਾ? ਅੰਕਲ ਜੀ ਛੁੱਟੀ ਹੋਣ ਤੋਂ ਬਾਅਦ ਮੈਂ ਡੈਡੀ ਨਾਲ ਕੰਮ ਕਰਾਉਣਾ ਹੁੰਨਾ। ਵੈਰੀ ਗੁੱਡ, ਅੱਛਾ ਛੁੱਟੀ ਤੋਂ ਬਾਅਦ ਇੱਥੇ ਆ ਕੇ ਕੰਮ ਕਰਾਉਣਾ, ਠੀਕ ਹੈ? ਵੈਰੀ ਗੁੱਡ, ਤੇਰਾ ਨਾਂ ਵੀ ਹਿੰਮਤ ਸਿੰਘ ਆ ਅਤੇ ਤੂੰ ਹੈ ਵੀ ਬਹੁਤ ਹਿੰਮਤੀ ਆ, ਠੀਕ ਹੈ? ਓਕੇ ਜਾਓ ਹੁਣ ਤੁਸੀਂ। ਉਹ ਗੱਲ ਸੁਣੋ ਬੱਚੀ, ਉਰਿਆ ਪਹਿਲਾਂ ਤਾਂ ਤੂੰ ਪਾਣੀ ਲੇਟ ਲੈ ਕੇ ਆਇਆ, ਫਿਰ ਤੂੰ ਆਂਡੇ ਲੇਟ ਲੈ ਕੇ ਆਇਆ, ਹੁਣ ਉਹਦੀ ਖਾਲੀ ਪਲੇਟ ਜੀ ਲੈ ਜੀ ਜਾ ਕੇ। ਚੱਲ ਜਾ। ਰਾਣੇ ਹਾਂ ਬਾਈ, ਤੈਨੂੰ ਇੱਕ ਗੱਲ ਕਹਾਂ, ਗੁੱਸਾ ਤਾਂ ਨਹੀਂ ਕਰਦਾ? ਬਾਈ ਪਹਿਲਾਂ ਕਦੇ ਤੇਰੀ ਗੱਲ ਦਾ ਗੁੱਸਾ ਕੀਤਾ, ਤੂੰ ਜੋ ਕਹਿਣਾ ਕਹਿ। ਰਾਣੇ ਤੂੰ ਆ ਛੋਟੇ ਜਿਹੇ ਜਵਾਕ 'ਤੇ ਕਿੰਨਾ ਰੋਹ ਮਾਰਿਆ ਹੈ ਨਾ, ਵੀ ਇੰਨਾ ਲੇਟ ਹੋ ਗਿਆ, ਇੰਨਾ ਲੇਟ ਹੋ ਗਿਆ ਹੈ ਨਾ। ਅਤੇ ਤੇਰੇ ਯਾਦ ਆ ਜਦੋਂ ਆਪਾਂ ਸਵੇਰੇ ਪੀਜ਼ਾ ਖਾਣ ਗਏ ਸੀ, ਯਾਦ ਆ ਤੇਰੇ? ਹਾਂ ਬਾਈ ਯਾਦ।
ਬਾਈ ਤੂੰ ਬੈਠ, ਮੈਂ ਆਰਡਰ ਦੇ ਕੇ ਆਉਣਾ। ਠੀਕ ਹੈ। ਪੀਜ਼ਾ ਕਰਵਾ ਕੇ ਆਏ ਬਾਈ। ਰਾਣੇ ਕਿੰਨਾ ਕੁ ਟਾਈਮ ਲੱਗੂ? ਥੋੜ੍ਹਾ ਟਾਈਮ ਲੱਗੂ ਬਾਈ, ਇੱਥੇ ਇਹਨਾਂ ਦਾ ਪੀਜ਼ਾ ਬਹੁਤ ਘੈਂਟ ਹੁੰਦਾ, ਬਾਕੀ ਰਸ਼ ਬਹੁਤ ਹੁੰਦਾ ਨਾ। ਠੀਕ, ਤਾਂ ਕਰਕੇ ਟਾਈਮ ਲੱਗਦਾ। ਓਕੇ, ਪੁੱਛ ਰਾਣੇ, ਬਹੁਤ ਟਾਈਮ ਹੋ ਗਿਆ ਯਾਰ। ਉਹ ਕੋਈ ਨਹੀਂ ਬਾਈ, ਟਾਈਮ ਲੱਗ ਜਾਂਦਾ। ਰਾਣੇ ਕਿੰਨਾ ਟਾਈਮ ਲੱਗੂਗਾ? ਉਹ ਬਾਈ ਟਾਈਮ ਲੱਗੂ, ਉਹ ਦੇਖ ਸਾਹਮਣੇ ਡਿਸਪਲੇ 'ਤੇ ਨੰਬਰ ਚੱਲੀ ਜਾਂਦਾ ਨਾ, ਇਸ ਤੋਂ ਬਾਅਦ ਆਪਣਾ ਨੰਬਰ ਹੀ ਹੈ। ਉਹ ਦੇਖ ਬਾਈ ਆ ਗਿਆ ਆਪਣਾ ਨੰਬਰ, ਬਸ ਆਰਡਰ ਤਿਆਰ ਹੀ ਮੈਂ ਲੈ ਕੇ ਆਉਣਾ। ਲੈ ਬਾਈ ਪੀਜ਼ਾ ਆ ਗਿਆ, ਟਾਈਮ ਤਾਂ ਲੱਗਦਾ ਹੀ ਹੈ ਜਿਹੜੀ ਚੀਜ਼ ਘੈਂਟ ਹੁੰਦੀ ਨਾ। ਬਾਕੀ ਤੈਨੂੰ ਮੈਂ ਕਿਹਾ ਸੀ ਪੀਜ਼ਾ ਸਿਰਾ ਹੋਊ, ਬਾਕੀ ਤੈਨੂੰ ਖਾ ਕੇ ਪਤਾ ਲੱਗਣਾ। ਕਿਉਂ ਬਾਈ ਕਿਵੇਂ ਲੱਗਿਆ? ਘੈਂਟ ਆ ਪੂਰਾ। ਘੈਂਟ ਆ ਨਾ, ਮੈਂ ਤੈਨੂੰ ਕਿਹਾ ਸੀ ਤਾਂ ਹੀ ਟਾਈਮ ਲੱਗਦਾ। ਚਲੀਏ? ਹਾਂਜੀ ਚਲ ਬਾਈ। ਰਾਣੇ ਦੇਖ, ਤੂੰ ਮੈਨੂੰ ਸਵੇਰੇ ਕਹਿੰਦਾ ਸੀ ਕਿ ਬਾਈ ਮੈਨੂੰ ਭੁੱਖ ਲੱਗੀ ਹੈ, ਅਤੇ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੀ ਆਪਾਂ ਕਿਸੇ ਰੇਹੜੀ ਤੋਂ ਕੁਲਚਾ ਖਾ ਲੈਂਦੇ ਹਾਂ, ਅਤੇ ਤੂੰ ਮੈਨੂੰ ਵਧੀਆ 5-star ਹੋਟਲ 'ਚ ਲੈ ਗਈ ਬਰਗਰ ਬਾਰ 'ਚ, ਅਤੇ ਉੱਥੇ ਪੂਰਾ ਵਧੀਆ ਪੀਜ਼ਾ ਖਾ ਕੇ ਆਇਆ। ਆਪ ਹੀ ਤੂੰ ਆਰਡਰ ਦੇ ਕੇ ਆਇਆ, ਅਤੇ ਆਪ ਹੀ ਜਿਹੜਾ ਉਹਨਾਂ ਨੇ ਪੀਜ਼ਾ ਬਣਾਇਆ ਸੀ ਆਪ ਹੀ ਚੱਕ ਕੇ ਤੂੰ ਟੇਬਲ 'ਤੇ ਰੱਖਿਆ, ਅਤੇ ਘੱਟੋ ਘੱਟ ਆਪਾਂ ਅੱਧਾ ਘੰਟਾ ਉਹਦੀ ਵੇਟ ਕੀਤੀ ਉਸ ਪੀਜ਼ੇ ਵਾਸਤੇ, ਅਤੇ ਉੱਥੇ ਤਾਂ ਆਪਾਂ ਬੋਲੇ ਨਹੀਂ ਹੈਗੇ, ਨਾ ਹੀ ਤੂੰ ਬੋਲਿਆ, ਹੈ ਨਾ। ਤੂੰ ਕਹਿੰਦਾ ਵੀ ਇੱਥੇ ਸਮਾਂ ਲੱਗ ਜਾਂਦਾ ਬਾਈ, ਅਤੇ ਤੂੰ ਇੱਥੇ ਇੱਕ ਗਰੀਬ ਬੱਚੇ 'ਤੇ ਹਰੋ ਮਰ ਜਾਂਦਾ, ਹੋਰ ਆ ਕੇ ਉਹ ਜਵਾਕ ਆ ਉਹ, ਤੂੰ ਠੇਕੇ 'ਤੇ ਆ ਗਿਆ ਹੈਂ, ਆਹ ਲੈ ਕੇ ਆਇਆ, ਤੂੰ ਰੇਟ ਪੁੱਛਿਆ ਇਹਦਾ, ਘੱਟ ਕੀਤੇ ਉਹਦੇ ਨਾਲ ਜਿੰਨੇ ਉਹਨੇ ਮੰਗੇ ਦੇ ਤੇ, ਦੇਖ ਲਾ ਛੁੱਟੀ ਤੋਂ ਬਾਅਦ ਆ ਕੇ ਉਹ ਆਪਦੇ ਡੈਡੀ ਨਾਲ ਕੰਮ ਕਰਾਉਂਦਾ, ਕਿੰਨਾ ਹਿੰਮਤੀ ਜਵਾਕ ਆ ਉਹ, ਖਬਰ ਆ ਕਿਸ ਤਰ੍ਹਾਂ ਦਾ ਘਰ ਪਰਿਵਾਰ ਹੋ ਯਾਰ ਉਹਨਾਂ ਦਾ। ਰਾਣੇ ਗੁੱਸਾ ਨਾ ਕਰੀ ਮੇਰੀ ਗੱਲ ਦਾ, ਬੇਸ਼ੱਕ ਅੱਜ ਆਪਾਂ ਗੱਡੀਆਂ 'ਤੇ ਘੁੰਮਦੇ ਹਾਂ, ਚਾਰ ਪੈਸੇ ਹੈਗੇ ਆ, ਪਰ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਦੋਂ ਅਰਸ਼ ਤੋਂ ਫਰਸ਼ 'ਤੇ ਆ ਜਾਈਏ। ਇਹੋ ਜਿਹੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ, ਅੱਗੇ ਤੋਂ ਧਿਆਨ ਰੱਖੀ ਵੀਰੇ। ਠੀਕ ਹੈ, ਮੇਰੀਆਂ ਗੱਲਾਂ ਬੇਸ਼ੱਕ ਤੈਨੂੰ ਕੌੜੀਆਂ ਜ਼ਰੂਰ ਲੱਗਣਗੀਆਂ, ਪਰ ਇਹ ਸੱਚੀਆਂ ਨੇ। ਚੱਲੀਏ ਰਾਣੇ ਫਿਰ, ਬਹੁਤ ਟਾਈਮ ਹੋ ਗਿਆ। ਇੱਕ ਮਿੰਟ ਬਾਈ, ਕਿੱਧਰ ਚੱਲੇ ਬਾਈ? ਜੱਗ 'ਤੇ ਖਾਲੀ ਪਲੇਟ ਮੋੜਨ ਚੱਲੇ। ਆਪਣਾ ਸਟੈਂਡਰਡ ਉੱਚਾ ਵਿਖਾਉਣ ਲਈ ਕਦੇ ਵੀ ਕਿਸੇ ਗਰੀਬ ਮਜਬੂਰ ਬੰਦੇ 'ਤੇ ਰੋਬ ਨਾ ਮਾਰੋ, ਕਦੇ ਵੀ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਓ। ਤੁਹਾਡਾ ਸਟੈਂਡਰਡ ਉੱਚਾ ਰਹੇਗਾ ਤੁਹਾਡੀ ਸੋਚ ਦੇ ਨਾਲ, ਤੁਹਾਡੇ ਵਿਚਾਰਾਂ ਦੇ ਨਾਲ, ਤੁਹਾਡੀ ਲਿਆਕਤ ਦੇ ਨਾਲ, ਤੁਹਾਡੀ ਸਿਆਣਪ ਦੇ ਨਾਲ। ਸੋ ਕਦੇ ਵੀ ਆਪਣਾ ਸਟੈਂਡਰਡ ਉੱਚਾ ਵਿਖਾਉਣ ਲਈ ਕਿਸੇ ਗਰੀਬ ਮਜਬੂਰ ਬੰਦੇ 'ਤੇ ਰੋਬ ਨਾ ਮਾਰੋ। ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ
ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਦੇਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।